ਟਿਕਟੋਕ ਦੇ ਬੈਨ ਹੋਣ ਤੋਂ ਬਾਅਦ ਹੁਣ ਤੁਸੀਂ ਉਸ ਚੀਜ਼ ਨੂੰ ਕਿਵੇਂ ਅੱਗੇ ਕੰਟੀਨਿਊ ਕਰਨਾ ਚਾਹੋਗੇ? ਸਾਨੂੰ ਇਸ ਗੱਲ ਦਾ ਦੁੱਖ ਨਹੀਂ ਹੈ ਕਿ ਪਲੇਟਫਾਰਮ ਬੰਦ ਹੋ ਚੁੱਕਿਆ, ਕਿਉਂਕਿ ਰੱਬ ਨੇ ਜੋ ਕੀਤਾ ਸੀ ਵਧੀਆ ਕੀਤਾ। ਜਿਨ੍ਹਾਂ 'ਤੇ ਆਪਾਂ ਮਿਹਨਤ ਕਰ ਸਕਦੇ ਹਾਂ ਅਤੇ ਲੋਕਾਂ ਦੀ ਜਿਵੇਂ ਪਿਆਰ ਆਪਾਂ ਟਿਕਟੋਕ 'ਤੇ ਲਿੱਤਾ ਸੀਗਾ, ਹੋਰ ਪਲੇਟਫਾਰਮ 'ਤੇ ਆਪਾਂ ਉੱਦਾਂ ਹੀ ਪਿਆਰ ਲੈ ਸਕਦੇ ਹਾਂ ਲੋਕਾਂ ਦਾ ਜਿੱਦਾਂ ਆਪਾਂ ਟਿਕਟੋਕ 'ਤੇ ਲੈਂਦੇ ਸੀਗੇ। ਤੁਹਾਡੀ ਵੀਡੀਓ ਦੇਖਣਾ ਲੋਕ ਕਿਉਂ ਪਸੰਦ ਕਰਦੇ ਸੀ? ਘੱਟ ਟਾਈਮ 'ਚ ਵਧੀਆ ਸਟੋਰੀ ਨਾਲ ਪ੍ਰੈਜੈਂਟੇਸ਼ਨ ਕਰਕੇ, ਇਵੇਂ ਨਾ ਸਾਡੇ ਕੋਲ ਪ੍ਰੋ ਲੋਕ ਜਿਵੇਂ ਹੁੰਦੇ ਨੇ, ਵਧੀਆ ਵਧੀਆ ਸਾਡੇ ਕੋਲ ਜੇ ਵਧੀਆ ਕੰਟੈਂਟ ਲੱਗਦੇ ਨੇ, ਸਾਡੇ ਕਿੰਨੇ ਆਕਰਸ਼ਿਤ ਹੁੰਦੇ ਨੇ, ਤਾਂ ਇਹ ਸਾਡੇ ਬਹੁਤ ਵਧੀਆ ਪਲੇਟਫਾਰਮ ਸੀਗੇ। ਤੁਸੀਂ ਜੋ ਟਿਕਟੋਕ 'ਤੇ ਵੀਡੀਓ ਪਾਉਂਦੇ ਸੀ ਅਤੇ ਉਸ ਨਾਲ ਤੁਸੀਂ ਲੋਕਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਸੀ? ਹੋ ਯੂ ਤੋਂ ਹੋਰ ਕੋਈ ਮੈਸੇਜ ਦਿੰਦੇ ਨੇ, ਅਸੀਂ ਮੈਸੇਜ ਦੇ ਦਿੰਦੇ ਸੀ ਕਿ ਫੈਮਿਲੀ ਰਿਲੇਟਿਵ, ਭੈਣ ਰਿਲੇਟਿਵ, ਕੀ ਧੱਕਾ ਹੋ ਰਿਹਾ, ਕੀ ਭੈਣਾਂ ਦਾ ਧੱਕਾ ਜਿਵੇਂ ਹੁੰਦੇ ਆ ਕਰਦੇ ਮੈਂ, ਤੁਹਾਨੂੰ ਪਤਾ ਹੀ ਹੋਣਾ ਕਿ ਭੈਣਾਂ ਨੂੰ ਨਹੀਂ ਪੜ੍ਹਾਇਆ ਜਾਂਦਾ, ਅਸੀਂ ਇਸ ਥਰੂ ਮੈਸੇਜ ਦਿੰਦੇ ਕਿ ਕੁੜੀਆਂ ਨੂੰ ਵੀ ਪੜ੍ਹਾਓ, ਕਿਉਂਕਿ ਯੂਥ ਇਹ ਸਭ 'ਚ ਭੁੱਲ ਚੁੱਕੀ ਹੈ। ਕਈਆਂ ਪਿੰਡਾਂ 'ਚ ਹੁੰਦਾ, ਸ਼ਹਿਰਾਂ 'ਚ ਤਾਂ ਨੀਮ ਦਾ ਪਿੰਡਾਂ 'ਚ ਹੁੰਦਾ ਹੈ। ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਆਪਣੇ ਪੱਖ ਵਿੱਚ? ਮੈਂ 5 ਸਾਲ ਦਾ ਜਦੋਂ ਮੈਂ ਇਹ ਚੀਜ਼ ਤੋਂ ਸ਼ੌਂਕ ਸੀ ਮੇਰਾ, ਇੱਕ ਏਮ ਸੀ, ਮੈਂ ਕੁਛ ਬਣਨਾ ਚਾਹੁੰਦਾ, ਅਤੇ ਪਹਿਲਾਂ ਮੈਂ ਕਰਾਊਡ ਦੇ ਵਿੱਚ ਜਾਂਦਾ ਸੀਗਾ, ਮੇਰੀ ਕੁਛ ਪੈਸੇ ਵੀ ਲੈਂਦਾ ਸੀ ਮੈਂ ਉਹਦੇ ਵਿੱਚ। ਅਣਖ ਪੰਜਾਬ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ ਰਮਿੰਦਰਜੀਤ ਸਿੰਘ ਸ਼ਿਵੀ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਅਤੇ ਚੀਨ ਵਿੱਚ ਚੱਲ ਰਹੇ ਵਿਵਾਦਾਂ ਕਾਰਨ ਭਾਰਤ ਵੱਲੋਂ 9 ਐਪ ਬੈਨ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ ਇੱਕ ਟਿਕਟੋਕ ਜੋ ਕਿ ਬਹੁਤ ਹੀ ਪਾਪੂਲਰ ਹੈ, ਉਹਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ। ਤਾਂ ਅੱਜ ਅਸੀਂ ਉਸੇ ਮੁੱਦੇ 'ਤੇ ਗੱਲ ਕਰਦੇ ਹੋਏ ਅੱਜ ਸਾਡੇ ਨਾਲ ਜੁੜ ਚੁੱਕੇ ਹਨ ਟਿਕਟੋਕਰ ਦੀਪਕ ਅਤੇ ਸਨੀ। ਆਓ ਜਾਣਦੇ ਹਾਂ ਕਿ ਉਹਨਾਂ 'ਤੇ ਟਿਕਟੋਕ ਐਪ ਬੈਨ ਹੋਣ ਤੋਂ ਬਾਅਦ ਕੀ ਪ੍ਰਭਾਵ ਪਿਆ ਹੈ। ਸਤਿ ਸ਼੍ਰੀ ਅਕਾਲ, ਅਣਖ ਪੰਜਾਬ ਟੀ ਵੀ 'ਤੇ ਤੁਹਾਡਾ ਸਵਾਗਤ ਹੈ। ਅਤੇ ਜਿੱਦਾਂ ਕਿ ਤੁਸੀਂ ਦੇਖਿਆ ਹੀ ਆ, ਪੰਜਾਬ ਸਰਕਾਰ ਵੱਲੋਂ ਟਿਕਟੋਕ 'ਤੇ ਬੈਨ ਲਗਾਈ ਗਈ, ਅਤੇ ਉਸ 'ਤੇ ਤੁਹਾਡੇ ਕੀ ਵਿਚਾਰ ਨੇ? ਦੇਖਿਆ ਜਾਵੇ ਤਾਂ ਫੀਲ ਹਰੇਕ ਨੂੰ ਹੁੰਦਾ ਕਿ ਪਲੇਟਫਾਰਮ 'ਤੇ ਜਿਹੜੇ ਉਤਰੇ ਸੀਗਾ, ਅਸੀਂ ਵੀ ਸੀਗੇ ਸਟਾਰ, ਜਿਵੇਂ ਕਿ ਵਧੀਆ ਪਲੇਟਫਾਰਮ 'ਤੇ ਅਸੀਂ ਨਾਮ ਕਮਾ ਰਹੇ ਸੀ, ਹਰੇਕ ਨੂੰ ਫੀਲ ਹੁੰਦਾ। ਪਰ ਆਪਾਂ ਸਰਕਾਰ ਦੇ ਰਜਾਮੰਦੀ 'ਤੇ ਵੀ ਸਹਿਮਤ ਹਾਂ, ਕਿਉਂਕਿ ਉਹਨਾਂ ਨੇ ਵੀ ਦੇਖ ਦੁੱਖ ਕੇ ਕੁਛ ਕੀਤਾ ਹੋਣਾ ਇਸ ਖਿਲਾਫ਼, ਹੈ ਕਿ ਨਹੀਂ? ਪਰ ਜਿੱਥੇ ਤੱਕ ਵੀ ਸਾਨੂੰ ਇਸ ਪਲੇਟਫਾਰਮ 'ਚ ਬਹੁਤ ਨਾਮ ਕਮਾਇਆ ਸੀਗਾ, ਚੱਲ ਹੋ ਜਾਏਗੀ, ਚੱਲ ਸੁਲਾਹ ਵਗੈਰਾ ਆਪਾਂ ਕਹਿ ਨਹੀਂ ਸਕਦੇ ਕਿ ਨਹੀਂ ਹੋ ਸਕਦੀ, ਹੁੰਦੀ ਰਹੇਗੀ, ਪਰ ਆਪਾਂ ਵਧੀਆ ਇਸ ਤੋਂ ਵਧੀਆ ਪਲੇਟਫਾਰਮ 'ਤੇ ਉਤਰਾਂਗੇ ਅਤੇ ਵਧੀਆ ਇਸ ਤੋਂ ਵੀ ਵਧੀਆ ਨਾਮ ਕਮਾਵਾਂਗੇ, ਹੈ ਕਿ ਨਹੀਂ? ਮੇਰੇ ਭਾਈ ਦੱਸਣਗੇ ਇਹਨਾਂ ਦੇ ਕੀ ਵਿਚਾਰ ਸੀ ਇਸ ਪਲੇਟਫਾਰਮ 'ਤੇ। ਟਿਕਟੋਕ ਜਦੋਂ ਆਈ ਸੀ ਤਾਂ ਅਸੀਂ ਉਸ 'ਤੇ ਬਹੁਤ ਮਿਹਨਤ ਕੀਤੀ ਸੀ, ਅਤੇ ਇੱਕ ਪਲੇਟਫਾਰਮ ਜੋ ਸਾਨੂੰ ਹੈ ਨਾ ਚੀਨ ਵਾਲਿਆਂ ਨੇ ਦਿੱਤਾ ਸੀ, ਬਹੁਤ ਵਧੀਆ ਦਿੱਤਾ ਸੀਗਾ, ਕਿ ਜੋ ਅਸੀਂ ਬਹੁਤ ਪਿੱਛੇ ਬੈਠੇ ਸੀ ਜ਼ਿੰਦਗੀ 'ਚ, ਕੋਈ ਨਹੀਂ ਦੁਨੀਆ 'ਚ ਕੋਈ ਨਹੀਂ ਜਾਣਦਾ ਸੀ ਸਾਨੂੰ, ਅਤੇ ਫਿਲਹਾਲ ਚਲੋ ਚੀਨ ਨੇ ਵਧੀਆ ਟਿਕਟੋਕ ਜੋ ਬਣਾਇਆ ਸੀ, ਸਾਡਾ ਟੈਲੈਂਟ ਲੋਕਾਂ ਦੇ ਸਾਹਮਣੇ ਆਇਆ, ਅਤੇ ਸਾਨੂੰ ਅੱਗੇ ਬਹੁਤ ਕੁਛ ਕਰਨ ਨੂੰ ਦਿੱਤਾ, ਅਤੇ ਬਾਕੀ ਸਰਕਾਰ ਦੀ ਰਜ਼ਾਮੰਦੀ ਨਾਲ ਟਿਕਟੋਕ ਬੈਨ ਹੋ ਗਏ ਤਾਂ ਆਪਾਂ ਵੀ ਉਸ ਚੀਜ਼ ਨਾਲ ਖੁਸ਼ ਹਾਂ, ਅਤੇ ਬਾਕੀ ਜੋ ਸਾਡਾ ਟੈਲੈਂਟ ਆ ਆਪਾਂ ਹੋਰ ਪਲੇਟਫਾਰਮ 'ਤੇ ਅੱਗੇ ਲੈ ਕੇ ਆਵਾਂਗੇ, ਕਿਉਂਕਿ ਜੋ ਸਾਡੀ ਮਿਹਨਤ ਆ ਉਹ ਅਸੀਂ ਕਦੇ ਨਹੀਂ ਛੱਡ ਸਕਦੇ। ਬਾਕੀ ਟਿਕਟੋਕ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਨੂੰ ਦੁਨੀਆ 'ਤੇ ਕੁਛ ਕਰਨ ਲਈ ਕੁਛ ਪਲੇਟਫਾਰਮ ਦੇ ਚੁੱਕਿਆ ਕਿ ਅਸੀਂ ਤੁਸੀਂ ਅੱਗੇ ਕਿਤੋਂ ਕੁਛ ਕਰ ਸਕਦੇ ਹੋ। ਟਿਕਟੋਕ ਦੇ ਬੈਨ ਹੋਣ ਤੋਂ ਬਾਅਦ ਹੁਣ ਤੁਸੀਂ ਉਸ ਚੀਜ਼ ਨੂੰ ਕਿਵੇਂ ਅੱਗੇ ਕੰਟੀਨਿਊ ਕਰਨਾ ਚਾਹੋਗੇ? ਜਿਵੇਂ ਲੋਕ ਤੁਹਾਡੇ ਲੱਖਾਂ ਵਿੱਚ ਫੋਲੋਅਰਸ ਆ, ਤਾਂ ਤੁਸੀਂ ਉਸ ਚੀਜ਼ ਨੂੰ, ਤੁਹਾਡੀ ਰਿਸਪੋਂਸੀਬਿਲਿਟੀ ਉਸ ਮੁਤਾਬਿਕ ਵੱਡੀ ਹੋ ਜਾਂਦੀ ਹੈ, ਅਤੇ ਉਸ ਚੀਜ਼ ਨੂੰ ਤੁਸੀਂ ਕੰਟੀਨਿਊ ਕਰਨਾ ਲਈ ਕਿਹੜਾ ਪਲੇਟਫਾਰਮ ਜਾਂ ਕਿਸ ਤਰ੍ਹਾਂ ਉਸਨੂੰ ਅੱਗੇ ਕੰਟੀਨਿਊ ਕਰਨ ਦਾ ਸੋਚਿਆ ਹੈ? ਸਾਨੂੰ ਇਸ ਗੱਲ ਦਾ ਦੁੱਖ ਨਹੀਂ ਹੈ ਕਿ ਪਲੇਟਫਾਰਮ ਬੰਦ ਹੋ ਚੁੱਕਾ, ਕਿਉਂਕਿ ਰੱਬ ਨੇ ਜੋ ਕੀਤਾ ਵਧੀਆ ਕੀਤਾ, ਕਿਉਂਕਿ ਟੈਲੈਂਟ ਸਾਡੇ 'ਚ ਹੈ, ਜੇ ਸਾਡੇ 'ਚ ਟੈਲੈਂਟ ਹੈ ਤਾਂ ਕਿਸੇ ਵੀ ਪਲੇਟਫਾਰਮ 'ਤੇ ਉਤਰ ਸਕਦੇ, ਕਿਸੇ ਵੀ ਪਲੇਟਫਾਰਮ 'ਚ ਨਾਮ ਕਮਾ ਸਕਦੇ ਹਾਂ, ਕਿਉਂਕਿ ਜਿਹੜੇ ਸਾਨੂੰ ਚਾਹਣ ਵਾਲੇ ਹੈਗੇ ਉਹ ਕਿਤੇ ਨਾ ਕਿਤੇ ਸਾਨੂੰ ਲੱਭ ਹੀ ਲੈਣਗੇ। ਇੱਕ ਮਕਸਦ ਸੀਗਾ ਸਾਡੇ ਟਿਕਟੋਕ 'ਤੇ ਉਤਰਨ ਦਾ ਕਿ ਲੋਕਾਂ ਦਾ ਪਿਆਰ ਸਾਨੂੰ ਅੱਗੇ ਖਿੱਚਣ ਦਾ, ਪਰ ਹੁਣ ਜਿਵੇਂ ਆਪਾਂ ਨਵੇਂ ਪਲੇਟਫਾਰਮ 'ਤੇ ਤਿਆਰੀ ਖਿੱਚਾਂਗੇ ਤਾਂ ਜੇ ਉਹਨਾਂ ਨੂੰ ਪਤਾ ਲੱਗੇ ਤਾਂ ਉਹ ਸਾਡੇ ਨਵੇਂ ਪਲੇਟਫਾਰਮ 'ਤੇ ਵੀ ਜੁੜਨਗੇ, ਅਤੇ ਸਾਡੇ ਹੁਣ ਸਾਡੇ ਵੀਰੇ ਦੱਸਣਗੇ ਕਿ ਪਲੇਟਫਾਰਮ 'ਤੇ, ਨਵੇਂ ਪਲੇਟਫਾਰਮ 'ਤੇ ਵੀ ਅਸੀਂ ਜੁੜੇ ਹਾਂ ਅੱਜ, ਥੋੜ੍ਹੇ ਦਿਨ ਹੀ ਹੋਏ। ਅਤੇ ਬਾਕੀ ਜਿਹੜੇ ਲੋਕ ਪਿਆਰ ਕਰਦੇ ਆ, ਤੁਹਾਨੂੰ ਪਤਾ ਹੈ ਕਿ ਜਦੋਂ ਬੰਦਾ ਜਿਸ 'ਚ ਕੋਈ ਟੈਲੈਂਟ ਹੁੰਦਾ, ਜਿਹਦੀ ਗੱਲਾਂ 'ਚ ਕੁਛ ਨਾ ਕੁਛ ਦੁਨੀਆ ਨੂੰ ਸਮਝਣ ਨੂੰ ਮਿਲਦਾ, ਉਹ ਲੋਕ ਉਸ ਬੰਦੇ ਨੂੰ ਜ਼ਰੂਰ ਫੋਲੋ ਕਰਦੇ ਨੇ। ਯੂਟਿਊਬ ਚੈਨਲ ਲਾ ਲਓ ਤੁਸੀਂ, ਕੋਈ ਹੋਰ ਪਲੇਟਫਾਰਮ ਬਹੁਤ ਨੇ ਜਿਨ੍ਹਾਂ 'ਤੇ ਆਪਾਂ ਮਿਹਨਤ ਕਰ ਸਕਦੇ ਹਾਂ, ਅਤੇ ਲੋਕਾਂ ਦੀ ਜਿਵੇਂ ਪਿਆਰ ਆਪਾਂ ਟਿਕਟੋਕ 'ਤੇ ਲਿੱਤਾ ਸੀਗਾ, ਹੋਰ ਪਲੇਟਫਾਰਮ 'ਤੇ ਆਪਾਂ ਉੱਦਾਂ ਹੀ ਪਿਆਰ ਲੈ ਸਕਦੇ ਹਾਂ ਲੋਕਾਂ ਦਾ ਜਿੱਦਾਂ ਆਪਾਂ ਟਿਕਟੋਕ 'ਤੇ ਲੈਂਦੇ ਸੀਗੇ। ਕਿਉਂਕਿ ਜਿਹੜਾ ਟੈਲੈਂਟਡ ਬੰਦਾ ਹੁੰਦਾ, ਜਿਹੜਾ ਕੁਛ ਕਰਨ ਲਈ ਹੁੰਦਾ, ਜਿਨ੍ਹਾਂ 'ਤੇ ਕੁਛ ਗੱਲਾਂ 'ਚ ਕੋਈ ਹੁੰਦਾ ਖਾਸ, ਜੇ ਜਿਵੇਂ ਕਿ ਕਿਸੇ ਆਪਾਂ ਇੱਕ ਸੈਕਿੰਡ ਨਹੀਂ, ਮੈਂ ਕਹੂੰਗਾ ਤੁਸੀਂ ਜਿਹੜੀ ਚੀਜ਼ ਮੈਂ ਪੁੱਛੀ ਹੈ ਕੁਸ਼ਚਨ ਦੇ ਵਿੱਚ, ਅਤੇ ਆਪਾਂ ਉਸ 'ਤੇ ਦੁਬਾਰਾ ਆਉਣਾ ਚਾਹਾਂਗੇ ਕਿ ਟਿਕਟੋਕ ਬੈਨ ਹੋਣ ਤੋਂ ਬਾਅਦ ਜਿਹੜੇ ਤੁਹਾਡੇ ਫੋਲੋਅਰਸ ਨੇ, ਠੀਕ ਹੈ, ਉਸ ਚੀਜ਼ ਨੂੰ ਤੁਸੀਂ ਕਿਵੇਂ ਰੀਪ੍ਰਜੈਂਟ ਕਰੋਗੇ ਦੁਬਾਰਾ? ਕਿਹੜੀ ਐਪ ਜਾਂ ਤੁਸੀਂ ਕੁਛ ਜਿਹੜਾ ਕਰੀਅਰ ਹੈ ਉਸ ਬਾਰੇ ਦੱਸੋ ਮੈਨੂੰ ਥੋੜ੍ਹਾ ਬਰੀਫਲੀ। ਫਿਲਹਾਲ ਤਾਂ ਅਸੀਂ ਯੂਟਿਊਬ ਚੈਨਲ ਬਣਾਇਆ ਨਵਾਂ, ਕਿਉਂਕਿ ਟਿਕਟੋਕ ਦਾ ਬੈਨ ਹੋ ਚੁੱਕਿਆ। ਬਾਕੀ ਸਰਕਾਰ ਦੀ ਮਰਜ਼ੀ ਹੈ ਵੀ ਟਿਕਟੋਕ ਵਾਪਸ ਆਵੇ ਜਾਂ ਨਾ ਆਵੇ, ਬਟ ਅਸੀਂ ਯੂਟਿਊਬ 'ਤੇ ਪੂਰੀ ਮਿਹਨਤ ਕਰ ਰਹੇ ਹਾਂ ਜਿੱਦਾਂ ਅਸੀਂ ਟਿਕਟੋਕ 'ਤੇ ਮਿਹਨਤ ਕਰ ਰਹੇ ਸੀ।
ਰੱਬ ਦੀ ਮਰਜ਼ੀ ਨਾਲ ਹੋਰ ਵੀ ਪਿਆਰ ਸਾਨੂੰ ਮਿਲੇ ਕੋਈ। ਟਿਕਟੋਕ 'ਚ ਐਸਾ ਕੀ ਸੀ ਜਿਸ ਨੂੰ ਲੋਕ ਇੰਨੇ ਦੀਵਾਨੇ ਸੀ ਅਤੇ ਤੁਹਾਡੀ ਵੀਡੀਓ ਦੇਖਣਾ ਲੋਕ ਕਿਉਂ ਪਸੰਦ ਕਰਦੇ ਸੀ? ਟਿਕਟੋਕ ਇੱਕ ਇਹੋ ਜਿਹਾ ਪਲੇਟਫਾਰਮ ਸੀਗਾ ਜਿਵੇਂ ਘੱਟ ਟਾਈਮ 'ਚ ਅਸੀਂ ਜ਼ਿਆਦਾ ਇੰਕਰੀਮੈਂਟ ਕਰ ਸਕਦੇ, ਜ਼ਿਆਦਾ ਫੋਲੋ ਸਾਡੇ ਕੋਲ ਆ ਜਾਂਦੇ, ਫੈਮ ਫੋਲੋਇੰਗ ਜਿਵੇਂ ਹੁੰਦੇ ਨੇ, ਪਿਆਰ ਸਾਨੂੰ ਜਿਹੜੇ ਦੇਣ ਵਾਲੇ ਹੁਣ ਔਰ ਕੰਟੈਂਟ ਹੈ ਉਹਨਾਂ 'ਚ ਜਿਵੇਂ ਲਿਮਿਟਡ ਟਾਈਮ ਹੁੰਦੀ ਹੈ 2 ਘੰਟੇ ਜਿਵੇਂ 15 ਮਿੰਟ 20 ਮਿੰਟ, ਟਿਕਟੋਕ ਇੱਕ ਇਹੋ ਜਿਹਾ ਪਲੇਟਫਾਰਮ ਜਿਵੇਂ 1 ਮਿੰਟ 15 ਸੈਕਿੰਡ 30 ਸੈਕਿੰਡ ਘੱਟ ਟਾਈਮ 'ਚ ਵਧੀਆ ਸਟੋਰੀ ਨਾਲ ਪ੍ਰੈਜੈਂਟੇਸ਼ਨ ਕਰਕੇ ਇਵੇਂ ਨਾ ਸਾਡੇ ਕੋਲ ਰੋ ਲੋਕ ਜਿਵੇਂ ਹੁੰਦੇ ਨੇ ਵਧੀਆ ਵਧੀਆ ਸਾਡੇ ਕੋਲ ਜਿਹੜੇ ਵਧੀਆ ਕੰਟੈਂਟ ਲੱਗਦੇ ਨੇ ਸਾਡੇ ਕਨੇ ਆਕਰਸ਼ਿਤ ਹੁੰਦੇ ਨੇ, ਤਾਂ ਇਹ ਸਾਡੇ ਬਹੁਤ ਵਧੀਆ ਪਲੇਟਫਾਰਮ ਸੀਗਾ ਇੱਕ ਟਿਕਟੋਕ। ਅਤੇ ਜੋ ਵੀ ਮਤਲਬ ਜੋ ਸਾਡਾ ਕੰਸੈਪਟ ਹੁੰਦਾ ਸੀਗਾ ਉਹ ਕੰਸੈਪਟ ਦੁਨੀਆ ਤੋਂ ਬਹੁਤ ਜ਼ਿਆਦਾ ਅਲੱਗ ਸੀ, ਜੋ ਅੱਜ ਕੱਲ੍ਹ ਦੀ ਯੂਥ ਉਸ ਚੀਜ਼ ਨੂੰ ਭੁੱਲ ਚੁੱਕੀ ਸੀ ਬਹੁਤ ਹੀ। ਬਟ ਟਿਕਟੋਕ ਮੈਂ ਜ਼ਿਆਦਾ ਟਾਈਮ ਨਹੀਂ ਹੋਇਆ ਚਲਾਉਂਦੇ ਨੂੰ, ਥੋੜ੍ਹਾ ਟਾਈਮ ਮੈਂ ਟਿਕਟੋਕ ਨੂੰ ਦੇਖਿਆ ਸੀ, ਉਸ ਤੋਂ ਬਾਅਦ ਮੈਂ ਸੋਚਿਆ ਕਿ ਮੈਂ ਇਸ 'ਤੇ ਕੀ ਚੀਜ਼ ਦੇਵਾਂ ਜੋ ਲੋਕਾਂ 'ਚ ਬਿਲਕੁਲ ਕਿਸੇ ਨੇ ਦਿਖਾਈ ਨਹੀਂ ਹੈ। ਜੋ ਮੈਂ ਕੰਟੈਕਟ ਪਾਉਂਦਾ ਸੀਗਾ ਸਿਸਟਰ ਖਿਲਾਫ਼ ਜਾਂ ਮੰਮਾ ਖਿਲਾਫ਼, ਹੈ ਨਾ, ਜੋ ਗਰੀਬ ਬੰਦੇ ਵਿਚਾਰੇ ਜਿਨ੍ਹਾਂ ਦੀ ਨੌਕਰੀ ਨਹੀਂ ਮਿਲਦੀ, ਮੁੰਡੇ ਪੜ੍ਹਾਈਆਂ ਕਰਦੇ ਨੇ ਨਾ, ਉਹਨਾਂ ਨੂੰ ਨੌਕਰੀ ਮਿਲਦੀ, ਅਤੇ ਇਸ ਕਰਕੇ ਮੈਂ ਇਹ ਕੰਟੈਕਟ ਪਾਉਣ ਲੱਗਿਆ, ਲੋਕਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲਣ ਲੱਗਿਆ। ਟਿਕਟੋਕ ਤੋਂ ਤੁਹਾਨੂੰ ਕੋਈ ਇਨਕਮ ਦਾ ਸੋਰਸ ਵੀ ਸੀ? ਫਿਲਹਾਲ ਤਾਂ ਸਾਨੂੰ ਟਿਕਟੋਕ ਤੋਂ ਕੋਈ ਇਨਕਮ ਨਹੀਂ ਸੀਗੀ ਜੀ, ਬਟ ਇਨਕਮ ਲਈ ਅਸੀਂ ਟਿਕਟੋਕ 'ਤੇ ਚੱਲੇ ਵੀ ਨਹੀਂ ਸੀਗੇ, ਕਿਉਂਕਿ ਆਪਣਾ ਜਦੋਂ ਟਿਕਟੋਕ ਸੀ ਸਾਡਾ ਇਸ ਤੋਂ ਐਮ ਨਹੀਂ, ਕਿਉਂਕਿ ਬਚਪਨ ਤੋਂ ਮੇਰਾ ਐਮ ਸੀ ਕੁਛ ਕਰਨ ਲਈ, ਕਿ ਲੋਕਾਂ ਦਾ ਜੋ ਲੋਕਾਂ ਦੇ ਦਿਲ 'ਚ ਆਪਣੇ ਲਈ ਪਿਆਰ ਜਗਾਉਣਾ, ਉਹ ਮੇਰਾ ਬਚਪਨ ਤੋਂ ਕੁਛ ਐਮ ਸੀ ਕਿ ਆਪਾਂ ਕੁਛ ਨਾ ਕੁਛ ਕਰਾਂਗੇ ਜ਼ਿੰਦਗੀ 'ਚ, ਕਿਉਂਕਿ ਇਨਕਮ ਲਈ ਜ਼ਿੰਦਗੀ 'ਚ ਕਦੇ ਵੀ ਨਹੀਂ ਸੋਚਿਆ। ਅਤੇ ਜੋ ਵੀ ਆਪਾਂ ਲੋਕਾਂ ਦਾ ਸਾਨੂੰ ਪਿਆਰ ਮਿਲਿਆ ਤਾਂ ਸਿਰਫ ਇੱਕ ਸਾਡੀ ਮਿਹਨਤ ਕਰਕੇ, ਜੋ ਪਿਆਰ ਲੋਕਾਂ ਨੂੰ ਸਟੋਰੀਆਂ ਬਣਾਈਆਂ, ਜੋ ਵੀ ਅਸੀਂ ਦੇਖਿਆ, ਜੋ ਵੀ ਜੋ ਅੱਜ ਸੱਚ ਦਿਖਾਇਆ ਸੀ ਟਿਕਟੋਕ 'ਤੇ, ਕੁਛ ਲੋਕਾਂ ਨੂੰ ਚੰਗਾ ਲੱਗਦਾ ਸੀ, ਕੁਛ ਨੂੰ ਬੁਰਾ, ਕਿਉਂਕਿ ਜਿਹੜੇ ਸਮਝਦਾਰ ਲੋਕ ਆ ਹਮੇਸ਼ਾ ਫੈਮਿਲੀ ਵਾਲਾ ਬੰਦਾ ਤਾਂ ਉਹਨਾਂ ਨੂੰ ਉਹ ਚੀਜ਼ ਵਧੀਆ ਲੱਗਦੀ ਆ, ਅਤੇ ਜਿਹੜੇ ਲੋਕ ਨਹੀਂ ਇਸ ਚੀਜ਼ ਨੂੰ ਫੋਲੋ ਕਰਦੇ ਤਾਂ ਆਪਾਂ ਉਹਨਾਂ ਨੂੰ ਵੀ ਕੁਛ ਨਹੀਂ ਕਹਿ ਸਕਦੇ। ਬਾਕੀ ਸਾਨੂੰ ਟਿਕਟੋਕ ਦਾ ਅੱਜ ਤੱਕ ਦਾ ਕੋਈ ਇਨਕਮ ਨਹੀਂ ਜੁੜੀ, ਅਤੇ ਨਾ ਅਸੀਂ ਇਨਕਮ ਕਦੇ ਕਮਾਈ ਹੈ ਟਿਕਟੋਕ ਤੋਂ, ਕਮਾਇਆ ਤਾਂ ਸਿਰਫ ਲੋਕਾਂ ਦਾ ਪਿਆਰ। ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਕਿ ਟਿਕਟੋਕ ਤੋਂ ਇਨਕਮ ਹੁੰਦੀ ਸੀ? ਫਿਲਹਾਲ ਤਾਂ ਕਹਿੰਦੇ ਸੀ ਬਹੁਤ ਜਣੇ ਕਿ ਟਿਕਟੋਕ ਦਾ ਇਨਕਮ ਹੁੰਦੀ ਆ, ਬਟ ਅਸੀਂ ਉਸ ਚੀਜ਼ ਕਿੰਨੀ ਕਦੇ ਗੌਰ ਨਹੀਂ ਕੀਤੀ, ਕਿਉਂਕਿ ਹਰ ਇੱਕ ਪਲੇਟਫਾਰਮ 'ਚ ਇਨਕਮ ਦਾ ਸੋਰਸ ਹੁੰਦਾ ਜੀ, ਜਿਵੇਂ ਕਿ ਲਾਈਕ ਯੂਟਿਊਬ ਲਾ ਲਓ ਆਪਣਾ, ਟਿਕਟੋਕ ਲਾ ਲਓ, ਟਿਕਟੋਕ 'ਤੇ ਪ੍ਰਮੋਸ਼ਨਾਂ ਹੁੰਦੀਆਂ ਨੇ ਵੈਸੇ, ਵੈਸੇ ਸਾਡੇ 'ਤੇ ਹੋਇਆ ਤਾਂ ਹੈ ਨਹੀਂ, ਤਾਂ ਕੀ ਪਤਾ ਹੋ ਜਾਵੇ ਜੇ ਹੁਣ ਤਾਂ ਬੰਦ ਹੋ ਗਈ, ਹੁਣ ਵੈਸੇ ਤਾਂ ਹੋਇਆ ਨਹੀਂ, ਕਿਉਂਕਿ ਸੋਰਸ ਹਰ ਇੱਕ ਥਾਂ 'ਤੇ ਹੁੰਦਾ, ਤਾਂ ਹੀ ਬੰਦਾ ਕੁਛ ਕਰਦਾ, ਇੰਨੀ ਮਿਹਨਤ ਕਰਦਾ, ਜਦ ਤੱਕ ਸਫਲ ਨਾ ਹੋਵੇ ਬੰਦਾ ਹੈ ਕਿ ਨਹੀਂ, ਜਦ ਜਿਸ ਚੀਜ਼ ਵਾਸਤੇ ਆਪਾਂ ਕਰਦੇ ਇੰਨੀ ਮਿਹਨਤ ਕਰਦੇ ਉਹੀ ਨਾ ਹੋਵੇ ਫਿਰ ਤਾਂ ਜੀ ਕੁਛ ਕਹਿ ਨਹੀਂ ਸਕਦੇ ਆਪਾਂ। ਵੈਸੇ ਸੋਰਸ ਹਰ ਇੱਕ ਥਾਂ 'ਤੇ ਹੁੰਦਾ, ਪਰ ਉਸ 'ਤੇ ਕਿਵੇਂ ਡੈਫੀਨੇਸ਼ਨ, ਕਿਵੇਂ ਡਿਫਾਈਨ ਕਰਨਾ, ਲੋਕਾਂ ਤੁਹਾਨੂੰ ਕਿਵੇਂ ਦੱਸਣਾ, ਉਹ ਅਲੱਗ ਤਰੀਕਾ ਹੁੰਦਾ ਇੱਕ ਜੀ। ਤੁਸੀਂ ਜੋ ਟਿਕਟੋਕ 'ਤੇ ਵੀਡੀਓ ਪਾਉਂਦੇ ਸੀ ਅਤੇ ਉਸ ਨਾਲ ਤੁਸੀਂ ਲੋਕਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਸੀ? ਅਸੀਂ ਫਿਲਹਾਲ ਤਾਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਸੀ ਕਿ ਜੋ ਅੱਜ ਕੱਲ੍ਹ ਦੀ ਯੂਥ ਆ ਅਤੇ ਮੰਮਾ ਪਾਪਾ ਦੀ ਨਹੀਂ ਕਦਰ ਕਰਦੇ, ਹੈ ਨਾ, ਉਹ ਆਪਣੀ ਲਾਈਫ ਦੇ ਵਿੱਚ ਬਹੁਤ ਜ਼ਰੂਰੀ ਆ, ਅਤੇ ਉਸ ਤੋਂ ਬਾਅਦ ਜਿਹੜੇ ਵਿਚਾਰੇ ਗਰੀਬ ਘਰਾਂ ਦੇ ਮੁੰਡੇ ਹੁੰਦੇ ਨੇ ਉਹ ਪੜ੍ਹਦੇ ਨੇ, ਉਹਨੂੰ ਨੌਕਰੀ ਨਹੀਂ ਮਿਲਦੀ, ਅਤੇ ਉਸ ਚੀਜ਼ ਨੂੰ ਮੈਂ ਲੈ ਕੇ ਬਹੁਤ ਵਧੀਆ ਫੀਲ ਕਰਦਾ ਸੀ। ਕਈ ਮੇਰੀਆਂ ਭੈਣਾਂ ਜਿਹੜੀਆਂ ਜਿਨ੍ਹਾਂ ਦੀ ਮੈਰਿਜ ਹੋ ਜਾਂਦੀ ਸੀ, ਹੈ ਨਾ, ਅਤੇ ਮੁੰਡੇ ਆਪਣੇ ਚੱਕਰਾਂ 'ਚ ਆ ਕੇ ਉਹਨਾਂ ਦੀ ਲਾਈਫ ਦਾ ਬਹੁਤ ਜ਼ਿਆਦਾ ਉਹਨਾਂ ਲਾਈਫ ਨਾਲ ਖੇਡਣਾ, ਉਸ ਲਾਈਫ ਮੈਂ ਵੀਡੀਓ ਬਣਾਉਂਦਾ ਹੁੰਦਾ ਸੀ ਕਿ ਲੋਕਾਂ ਨੂੰ ਇਸ ਚੀਜ਼ ਬਾਰੇ ਸਮਝ ਲੱਗੇ, ਕਿ ਮੈਂ ਜ਼ਿਆਦਾ ਨਹੀਂ ਕਹਿੰਦਾ, ਕੁਛ ਨਾ ਕੁਛ ਲੋਕ ਇਸ ਚੀਜ਼ ਨੂੰ ਸਮਝਣ ਅਤੇ ਹਰੇਕ ਦਾ ਘਰ ਵੱਸਦਾ ਹੋ ਜਾਵੇ, ਅਤੇ ਜਿਹੜੇ ਮੇਰੇ ਭਰਾ ਗਰੀਬ ਮਿਹਨਤ ਕਰਦੇ ਨੇ ਨੌਕਰੀ ਲਈ ਤਾਂ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ। ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਜਿਹੜੇ ਲੋਕ ਨੇ ਕੁਛ ਸਮਝਣ, ਅਤੇ ਬਾਕੀ ਹਰੇਕ ਦੀ ਆਪਣੀ ਆਪਣੀ ਜਨਰੇਸ਼ਨ ਦੇ ਕਿ ਕੌਣ ਸਮਝਦਾ ਹੈ ਕੌਣ ਨਹੀਂ, ਅਤੇ ਜ਼ਿਆਦਾਤਰ ਅੱਜ ਦੇ ਟਾਈਮ 'ਚ ਆਪਣੇ ਜਿਹੜੀਆਂ ਭੈਣਾਂ ਨੇ ਇਹਨਾਂ ਦੇ ਮੈਰਿਜ ਹੁੰਦੀਆਂ ਨੇ, ਅਤੇ ਅੱਜ ਕੱਲ੍ਹ ਲੋਕ ਦਹੇਜ ਵਗੈਰਾ ਜ਼ਿਆਦਾ ਮੰਗਦੇ ਨੇ ਜਾਂ ਇਹਨਾਂ ਦੀ ਬੇਕਦਰੀ ਬਹੁਤ ਕਰਦੇ ਆ, ਉਸ ਚੀਜ਼ ਵੱਲ ਮੈਂ ਜ਼ਿਆਦਾ ਵੀਡੀਓ ਬਣਾਉਂਦਾ ਹੁੰਦਾ ਸੀ ਕਿ ਪਲੀਜ਼ ਕਿਸੇ ਬੇਕਦਰੀ ਨਾ ਕਰੋ, ਹਰੇਕ ਕੋਈ ਇਨਸਾਨ ਆ ਜੋ ਵੀ ਆ ਇੱਕ ਤਰ੍ਹਾਂ ਦਾ ਆਪਣੇ ਘਰ ਦਾ ਆ ਇਨਸਾਨ ਆ, ਜੋ ਵੀ ਆਪਣੀ ਭੈਣ ਆ ਜਿਹਨੂੰ, ਕਿਉਂਕਿ ਜਿਹੜੀ ਲੇਡੀਜ਼ ਹੁੰਦੀ ਆ ਉਹ ਵਿਚਾਰੀ 3 ਰੂਪ ਦੇ ਵਿੱਚ ਧਾਰਦੀ ਆ। ਜੋ ਅਸੀਂ ਵੀਡੀਓ 'ਤੇ ਕੰਸੈਪਟ ਬਣਾਉਂਦੇ ਸੀ ਟਿਕਟੋਕ 'ਤੇ, ਸਿਰਫ ਅਸੀਂ ਇੱਕ ਇਹ ਮੈਸੇਜ ਦਿੰਦੇ ਸੀਗੇ ਕਿ ਪਲੀਜ਼ ਆਪਣੇ ਆਪਣੇ ਘਰ ਨੂੰ ਸੈੱਟ ਰੱਖੋ, ਕਿਉਂਕਿ ਜਿਹੜੀ ਅੱਜ ਕੱਲ੍ਹ ਦੀ ਯੂਥ ਸੀਗੀ ਉਹ ਇਹ ਚੀਜ਼ ਨੂੰ ਭੁੱਲ ਚੁੱਕੀ ਆ, ਅਤੇ ਮੈਂ ਚਾਹੁੰਦਾ ਹਾਂ ਕਿ ਜਿਹੜੇ ਵੀ ਆਪਣੇ ਭਰਾ ਆ, ਜਿਹੜੀ ਮੇਰੇ ਭੈਣਾਂ ਨੇ, ਹਮੇਸ਼ਾ ਹੱਸਦੇ ਵੱਸਦੇ ਰਹਿਣ, ਜਿੱਥੇ ਰਹਿਣ ਤਾਂ ਖੁਸ਼ ਰਹਿਣ। ਪੰਜਾਬ 'ਚ ਤੁਹਾਨੂੰ ਪਤਾ ਹੀ ਹੈ ਯੂਥ ਹੋਰ ਕਈ ਮੈਸੇਜ ਦਿੰਦੇ ਨੇ, ਅਸੀਂ ਮੈਸੇਜ ਦੇ ਦਿੰਦੇ ਸੀ ਕਿ ਫੈਮਿਲੀ ਰਿਲੇਟਿਵ, ਭੈਣ ਰਿਲੇਟਿਵ, ਕੀ ਧੱਕਾ ਹੋ ਰਿਹਾ, ਕੀ ਭੈਣਾਂ ਨੂੰ ਧੱਕਾ ਜਿਵੇਂ ਹੁੰਦੇ ਆ ਘਰਦੇ ਮੈਂਬਰ 'ਚ, ਤੁਹਾਨੂੰ ਪਤਾ ਹੀ ਹੋਣਾ ਕਿ ਭੈਣਾਂ ਨੂੰ ਨਹੀਂ ਪੜ੍ਹਾਇਆ ਜਾਂਦਾ, ਅਸੀਂ ਇਸ ਥਰੂ ਮੈਸੇਜ ਦਿੰਦੇ ਕਿ ਕੁੜੀਆਂ ਨੂੰ ਵੀ ਪੜ੍ਹਾਓ, ਕਿਉਂਕਿ ਯੂਥ ਇਹ ਸਭ 'ਚ ਭੁੱਲ ਚੁੱਕੀ ਹੈ, ਕਈਆਂ ਪਿੰਡਾਂ 'ਚ ਹੁੰਦਾ, ਸ਼ਹਿਰਾਂ 'ਚ ਤਾਂ ਨੀਮ ਦਾ ਪਿੰਡਾਂ 'ਚ ਹੁੰਦਾ ਹੈ। ਅੱਜ ਕੱਲ੍ਹ ਆਪਾਂ ਦੇਖਿਆ ਹੀ ਆ ਅਤੇ ਤੁਸੀਂ ਵੀ ਜਾਣਦੇ ਹੋਵੋਗੇ ਕਿ ਟਿਕਟੋਕ ਵਿਵਾਦਾਂ ਵਿੱਚ ਬਹੁਤ ਘਿਰ ਰਿਹਾ ਸੀਗਾ, ਅਤੇ ਉਹਦਾ ਮੇਨ ਕਾਰਨ ਸੀਗਾ ਕ੍ਰਿੰਜ ਵੀਡੀਓਜ਼, ਅਤੇ ਉਸਦੇ ਬਾਰੇ ਤੁਸੀਂ ਆਪਣੇ ਕੀ ਵਿਚਾਰ ਦੇਣਾ ਚਾਹੋਗੇ ਕਿ ਟਿਕਟੋਕ ਦੇ ਵਿੱਚ ਜ਼ਿਆਦਾਤਰ ਕ੍ਰਿੰਜ ਆ ਅਤੇ ਟਿਕਟੋਕ ਦੇ ਵਿੱਚ
ਟਿਕਟੋਕ ਬੈਨ ਹੋਣ ਤੋਂ ਬਾਅਦ ਕੁਝ ਲੋਕਾਂ ਦੇ ਇਹ ਵਿਚਾਰ ਸਨ ਕਿ ਅੱਛਾ ਹੋਇਆ ਕਿਉਂਕਿ ਇਸ ਦੇ ਉੱਤੇ ਲੱਚਰਤਾ ਹੀ ਪ੍ਰਮੋਟ ਹੁੰਦੀ ਸੀ। ਤੁਹਾਡੇ ਇਸ ਬਾਰੇ ਕੀ ਵਿਚਾਰ? ਦੇਖਿਆ ਜਾਵੇ 100 ਵਿੱਚ 10% ਲੋਕ ਤਾਂ ਇਵੇਂ ਦੇ ਹੋਣਗੇ ਟੰਗਾ ਖਿੱਚਣ ਵਾਲੇ, ਸਿੱਧੀ ਜੀ ਗੱਲ ਕਿ ਇਹ ਬੰਦ ਹੋ ਗਿਆ ਬਹੁਤ ਵਧੀਆ ਹੋ ਗਿਆ, ਪਰ ਇਹ ਨਹੀਂ ਦੇਖਦੇ ਕਿ ਉਹ ਵਧੀਆ ਕੰਟੈਂਟ ਵੀ ਅੱਗੇ ਪ੍ਰੈਜੈਂਟੇਸ਼ਨ ਕਰਦੇ ਕਿ ਸਮਾਜ ਨੂੰ ਵਧੀਆ ਕੰਮ ਦੱਸ ਰਹੇ ਨੇ, ਵਧੀਆ ਨਿਊਜ਼ ਦੱਸ ਰਹੇ, ਕਿਉਂਕਿ ਹਰ ਇੱਕ ਲਾਈਨ 'ਚ 100 ਵਿੱਚ 10% ਇਹੋ ਜਿਹੇ ਬੰਦੇ ਨਿਕਲਣਗੇ ਕਿ ਟੰਗਾ ਖਿੱਚਣ ਵਾਲੇ ਹੋਣਗੇ, ਕਿਉਂਕਿ ਹਰ ਇੱਕ ਲਾਈਨ 'ਚ ਹੁੰਦਾ ਜੀ, ਤੁਹਾਨੂੰ ਪਤਾ ਜੀ। ਹਾਂਜੀ, ਅਤੇ ਫਿਲਹਾਲ ਜਿਹੜੀ ਸਾਡੀ ਲਾਈਨ ਆ ਇਸ ਲਾਈਨ ਦੇ ਵਿੱਚ ਜ਼ਿਆਦਾਤਰ ਤਾਂ ਲੋਕ ਇਹ ਕਹਿੰਦੇ ਲੱਚਰਤਾ ਹੈ, ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਹਰੇਕ ਦਾ ਆਪਣਾ ਆਪਣਾ ਟੈਲੈਂਟ ਹੁੰਦਾ ਹੈ ਜ਼ਿੰਦਗੀ ਵਿੱਚ, ਕੋਈ ਨਾ ਕੋਈ ਜਦੋਂ ਕੋਈ ਆਪਾਂ ਪੈਦਾ ਹੁੰਦਾ ਹਾਂ ਹਰੇਕ ਕੋਈ ਆਪਣਾ ਏਮ ਲੈ ਕੇ ਤੁਰਦਾ ਹੈ, ਅਤੇ ਹਰੇਕ ਉਹ ਆਪਣੇ ਏਮ ਨੂੰ ਪੂਰਾ ਕਰਦਾ, ਕਿਸੇ ਦਾ ਨੌਕਰੀ ਦਾ ਹੁੰਦਾ, ਕੋਈ ਕੁਛ ਚਾਹੁੰਦਾ, ਕੋਈ ਕੁਛ ਹੈ ਨਾ। ਅਤੇ ਇਹ ਸਾਡੇ ਪੰਜਾਬੀਆਂ ਦੀ ਖਾਸੀਅਤ ਆ ਕਿ ਲੱਤਾਂ ਖਿੱਚਣੀਆਂ ਆਦਤ ਬਣੀ ਹੈ, ਅਤੇ ਬਾਕੀ ਜਿਹਦਾ ਕੋਈ ਟੈਲੈਂਟ ਤਾਂ ਉਹ ਕੁਛ ਨਾ ਕੁਛ ਕਰਕੇ ਹਟੂਗਾ। ਜਿਹੜੇ ਸਾਨੂੰ ਪਿਆਰ ਦੇ ਨੂੰ ਤਾਂ ਫਿਲਹਾਲ ਹਾਲੇ ਦੇ ਹੀ ਰਹੇ ਨੇ, ਜਿਹੜੇ ਬੈਡਸ ਕਮੈਂਟ ਵਗੈਰਾ ਤੋਂ ਉਹ ਤਾਂ ਹਾਲ ਤੱਕ ਕਦੇ ਆਇਆ ਨਹੀਂ, ਉਹ ਕੁਛ ਕੁ ਪਰਸੈਂਟ ਤਾਂ ਹਰ ਇੱਕ ਲਾਈਨ 'ਚ ਹੁੰਦੇ ਹੀ ਹੁੰਦੇ। ਸਾਡੇ ਵੀ ਹੈਗੇ ਕਿ ਤੁਹਾਡਾ ਹੁਣ ਬੰਦ ਹੋ, ਤੁਸੀਂ ਕੀ ਕਰੋਗੇ? ਜਿਹੜੇ ਉਹ ਕਮੈਂਟਸ ਸਨ ਉਹ ਤੁਹਾਡੇ ਆਪਣਿਆਂ ਦੇ ਸਨ ਕਿ ਜਿਹੜੇ ਉਂਝ ਵਿਊਅਰਸ ਹੁੰਦੇ ਸਨ ਉਹਨਾਂ ਦੇ ਸਨ? ਫਿਲਹਾਲ ਤਾਂ ਉਹ ਕਮੈਂਟਸ ਜ਼ਿਆਦਾਤਰ ਤਾਂ ਸਾਡੇ ਆਪਣਿਆਂ ਦੇ ਨੇ, ਕਿਉਂਕਿ ਜਿਹੜੀ ਸਾਡੀ ਸਟੋਰੀਆਂ ਦੀ ਸੀ ਉਸ ਹਿਸਾਬ ਨਾਲ ਸਾਨੂੰ ਲੋਕਾਂ ਦਾ ਤਾਂ ਕਦੇ ਕਮੈਂਟ ਆਏ ਨਹੀਂ, ਜਿਹੜੇ ਕਮੈਂਟ ਸੀਗੇ ਬੈਡ ਤਾਂ ਸਿਰਫ ਸਾਡੇ ਆਪਣਿਆਂ ਦੇ ਸੀਗੇ। ਓਕੇ, ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਆਪਣੇ ਪੱਖ ਵਿੱਚ? ਮੈਂ ਇਸ ਚੀਜ਼ ਨੂੰ ਕਦੇ ਗੌਲਿਆ ਨਹੀਂ, ਕਿਉਂਕਿ 5 ਸਾਲ ਦੇ ਜਿਸ ਚੀਜ਼ ਨੂੰ ਮੈਂ ਚੱਲਦਾ ਕਿ ਇਸ ਲਾਈਨ ਦੇ ਵਿੱਚ ਮੈਂ ਕੁਛ ਬਣਨਾ ਚਾਹੁੰਦਾ, ਅਤੇ ਉਦੋਂ ਦੀਆਂ ਮੇਰੇ ਲੱਤਾਂ ਖਿੱਚੀਆਂ ਜਾ ਰਹੀਆਂ, ਪਰ ਮੈਂ ਉਸ ਚੀਜ਼ ਨੂੰ ਕਦੇ ਨਹੀਂ ਗੌਲਿਆ, ਮੈਂ ਆਪਣੀ ਮਿਹਨਤ ਜਾਰੀ ਰੱਖੀ ਆ ਅਤੇ ਮਿਹਨਤ ਜਾਰੀ ਰੱਖੂੰਗਾ, ਕਿਉਂਕਿ ਜਦੋਂ ਕਹਿੰਦੇ ਨਾ ਮਾਂ ਬਾਪ ਦਾ ਸਿਰ 'ਤੇ ਹੱਥ ਹੋਵੇ ਤਾਂ ਕੋਈ ਦੁਨੀਆ ਮੂਹਰੇ ਖੜ੍ਹ ਜਾਵੇ ਤਾਂ ਡਰਦੇ ਨਹੀਂ, ਮੇਰੀ ਮਿਹਨਤ ਆ ਤਾਂ ਮੈਂ ਮਿਹਨਤ ਜਾਰੀ ਰੱਖੂੰਗਾ, ਕਿਉਂਕਿ ਲੋਕਾਂ ਦਾ ਕੰਮ ਹੈ ਟੰਗਾ ਖਿੱਚਣਾ, ਆਪਣਾ ਕੰਮ ਹੈ ਉਹਨਾਂ ਨੂੰ ਰੋੜ ਕੇ ਅੱਗੇ ਵਧਣਾ। ਟਿਕਟੋਕ 'ਤੇ ਆਉਣ ਤੋਂ ਬਾਅਦ ਤੁਹਾਡੇ ਆਪਣਿਆਂ ਨੇ ਤੁਹਾਡਾ ਕਿੰਨਾ ਸਾਥ ਦਿੱਤਾ? ਫਿਲਹਾਲ ਤਾਂ ਟਿਕਟੋਕ 'ਤੇ ਮੇਰੇ ਘਰ ਦੇ ਵਿੱਚ ਬਚਪਨ ਤੋਂ ਮੇਰੇ ਇਸ ਲਾਈਨ ਦੇ ਵਿੱਚ ਸਾਰੇ ਸਾਥ ਦੇ ਰਹੇ ਨੇ, ਮੇਰੇ ਪਾਪਾ ਮੰਮੀ ਪਾਪਾ ਜਿੰਨੇ ਵੀ ਹੈ ਨਾ, ਮੇਰੇ ਭਾਬੀ ਬ੍ਰਦਰ ਸਾਰੇ ਮੇਰੇ ਨਾਲ ਰਹਿੰਦੇ ਆ, ਕਿਉਂਕਿ ਮੈਨੂੰ ਬਹੁਤ ਜ਼ਿਆਦਾ ਸਪੋਰਟ ਮਿਲਦੀ ਹੈ ਇਸ ਕੰਮ ਦੇ ਵਿੱਚ। ਮੈਂ 5 ਸਾਲ ਦਾ ਜਦੋਂ ਮੈਂ ਇਹ ਚੀਜ਼ ਤੋਂ ਸ਼ੌਂਕ ਸੀ ਮੇਰਾ, ਇੱਕ ਏਮ ਸੀ ਮੈਂ ਕੁਛ ਬਣਨਾ ਚਾਹੁੰਦਾ, ਅਤੇ ਪਹਿਲਾਂ ਮੈਂ ਕਰਾਊਡ ਦੇ ਵਿੱਚ ਜਾਂਦਾ ਸੀਗਾ, ਮੇਰੀ ਕੁਛ ਪੈਸੇ ਵੀ ਲੈਂਦਾ ਸੀ ਮੈਂ ਉਹਦੇ ਵਿੱਚ। ਦੀਪਕ, ਤੁਹਾਡਾ ਇਸ ਬਾਰੇ ਕੀ ਵਿਚਾਰ ਹੈ? ਤੁਹਾਡੇ ਘਰ ਦੇ ਤੁਹਾਡਾ ਕਿਸ ਹੱਦ ਤੱਕ ਤੁਹਾਡਾ ਸਾਥ ਦਿੱਤਾ ਇਸ ਟਿਕਟੋਕ ਪਲੇਟਫਾਰਮ? ਜਿਵੇਂ ਕਿ ਮੈਂ ਤਾਂ ਮਿਡਲ ਫੈਮਿਲੀ ਤੋਂ, ਕਿਉਂਕਿ ਸਾਡੀ ਫੈਮਿਲੀ 'ਚ ਇਹ ਸਭ ਚੀਜ਼ਾਂ ਵਧੀਆ ਨਹੀਂ ਕਰਦੇ, ਕਹਿੰਦੇ ਕੀ ਕਰ ਰਿਹਾ ਤੂੰ, ਇਹ ਸਭ ਟਾਈਮ ਵੇਸਟ ਕਰ ਰਿਹਾ ਤੂੰ, ਆਪਣਾ ਜੋਬ ਕਰ, ਵਧੀਆ ਕਰੀਅਰ ਕਰ, ਹੈ ਕਿ ਨਹੀਂ? ਪਰ ਮੈਂ ਆਪਣਾ ਹੌਸਲਾ ਨਹੀਂ ਹਾਰਿਆ, ਮੈਂ ਫਿਰ ਵੀ ਇਸ 'ਚ ਲੱਗਿਆ ਹੈ। ਪਰ ਜਦੋਂ ਸਾਡੀ ਵੀਡੀਓ ਕਾਫੀ ਸਾਰੀ ਚੱਲਣ ਲੱਗ ਗਈ ਸੀ, ਜਦੋਂ ਆਉਣ ਲੱਗੇ ਨੇ ਸਾਡੇ ਲੋਕ, ਸਾਡੇ ਪਿਆਰ ਜਿਹੜੇ ਦਿੰਦੇ ਸੀ, ਪਿਆਰ ਕਰਨ ਲੱਗੇ, ਫਿਰ ਸਾਡੇ ਫੈਮਿਲੀ ਨੂੰ ਹੌਸਲਾ ਆਇਆ ਕਿ ਚੱਲ ਕੁਛ ਕਰ ਰਿਹਾ, ਵਧੀਆ ਏਮ ਕਰ ਰਿਹਾ। ਟਿਕਟੋਕ ਸ਼ੁਰੂ ਹੋਣ ਤੋਂ ਬਾਅਦ ਹੀ ਤੁਸੀਂ ਆਪਣੀ ਇਸ ਲਾਈਨ ਦੇ ਵਿੱਚ ਆਪਣਾ ਕਰੀਅਰ ਸੋਚਿਆ, ਕਿ ਇਸ ਤੋਂ ਪਹਿਲਾਂ ਵੀ ਤੁਹਾਡਾ ਇਸ ਬਾਰੇ ਕੁਝ ਵਿਚਾਰ ਸੀ? 2015 'ਚ ਇੱਕ ਡਬਸ਼ਮੈਸ਼ ਐਪ ਆਈ ਸੀ, ਜਿਵੇਂ ਤੁਹਾਨੂੰ ਪਤਾ ਹੀ ਹੈ, ਕਿਉਂਕਿ ਪਹਿਲਾਂ ਅਸੀਂ ਡਬਸ਼ਮੈਸ਼ ਉਸ 'ਚ ਬਣਾਉਂਦੇ ਹੁੰਦੇ ਸੀ ਵੀਡੀਓ, ਪਰ ਉਸ 'ਚ ਇੰਨਾ ਜ਼ਿਆਦਾ ਕੰਟੈਂਟ ਬੇਸ ਨਹੀਂ ਸੀ, ਬਸ ਇਕੱਲਾ ਵਟਸਐਪ 'ਤੇ ਪਾਉਂਦੇ ਹੁੰਦੇ ਸੀ ਸਟੇਟਸ ਵਗੈਰਾ। ਫਿਰ ਮਿਊਜ਼ੀਕਲੀ ਆਇਆ 2017 ਵਿੱਚ, ਫਿਰ 2017-18 ਵਿੱਚ ਮਿਊਜ਼ੀਕਲ ਨੂੰ ਟਿਕਟੋਕ 'ਚ ਕਨਵਰਟ ਹੈ, ਫਿਰ ਸਾਡੀ ਵੀਡੀਓ, ਮੈਨੂੰ ਸਾਨੂੰ ਲੱਗਿਆ ਇਹ ਵਧੀਆ ਸਾਡਾ ਪਲੇਟਫਾਰਮ ਹੈ, ਇਸ 'ਚ ਜੁੜਨਾ ਚਾਹੀਦਾ। ਅਤੇ ਮੈਂ ਵੀ ਬਸ 5-6 ਸਾਲ ਵਿੱਚ ਬਹੁਤ ਛੋਟੀ ਉਮਰ ਸੀ ਜਦੋਂ ਇਸ ਚੀਜ਼ ਦਾ ਸ਼ੌਂਕ ਪੈ ਚੁੱਕਿਆ ਸੀਗਾ, ਇੱਕ ਏਮ ਬਣ ਗਿਆ ਸੀਗਾ, ਕਿਉਂਕਿ ਮੇਰੇ ਪਾਪਾ ਖੁਦ ਰਾਈਟਰ ਸੀਗੇ, ਅਤੇ ਮੈਂ ਸ਼ੀਸ਼ੇ ਮੂਹਰੇ ਖੜ੍ਹ ਕੇ ਦੇਖਣਾ ਕਿ ਮੈਂ ਇਸ ਚੀਜ਼ ਨੂੰ ਫੇਸ ਕਰਦਾ ਹਾਂ, ਅਤੇ ਉਸ ਤੋਂ ਬਾਅਦ ਰੈਗੂਲਰ ਕਰਦਾ ਹੈ, ਮੈਂ ਕਰਾਊਡ ਦੇ ਵਿੱਚ ਬਹੁਤ ਕੰਮ ਕੀਤਾ ਆ, ਹੈ ਨਾ। ਅਤੇ ਉਸ ਤੋਂ ਬਾਅਦ ਐਪ ਤਾਂ ਜ਼ਿੰਦਗੀ 'ਚ ਕਦੇ ਕੁਛ ਚਲਾਈ ਨਹੀਂ, ਟਿਕਟੋਕ ਵੀ ਇੱਕ ਬਸ ਮੇਰਾ ਬ੍ਰਦਰ ਹੈ ਉਹਨੂੰ ਸ਼ੁਰੂ ਕੀਤੀ ਸੀ, ਕਿਸੇ ਨਹੀਂ ਤੂੰ ਇਸ ਚੀਜ਼ ਦੇਖ ਅਤੇ ਤੇਰਾ ਟੈਲੈਂਟ ਮੂਹਰੇ ਆ ਸਕਦਾ ਲੋਕਾਂ, ਅਤੇ ਉਹ ਅੱਜ ਆ ਚੁੱਕਿਆ, ਅਤੇ ਲੋਕਾਂ ਦਾ ਪਿਆਰ ਮਿਲ ਗਿਆ ਮੈਨੂੰ, ਬਹੁਤ ਵਧੀਆ ਲੱਗਦਾ ਹੈ, ਅਤੇ ਅੱਗੇ ਵੀ ਆਪਾਂ ਬਹੁਤ ਕੁਛ ਕਰਾਂਗੇ। ਅਤੇ ਹੁਣ ਜਾਂਦੇ ਜਾਂਦੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਆਪਣੀ ਔਡੀਅੰਸ ਨੂੰ? ਟਿਕਟੋਕ ਇੱਕ ਜ਼ਰੀਆ ਇਹ ਸੀਗਾ, ਸਾਨੂੰ ਇੱਕ ਚੀਜ਼ ਸਿਖਾ ਗਿਆ, ਜਿਵੇਂ ਅਸੀਂ ਟਿਕਟੋਕ ਦੀ ਵੀਡੀਓ ਪਾਉਂਦੇ ਹੁੰਦੇ ਸੀ, 1 ਮਿੰਟ ਦੀ ਵੀਡੀਓ ਹੁੰਦੀ ਸੀ, ਚੰਗੀ ਤਰ੍ਹਾਂ ਆਪਾਂ ਡਿਫਾਈਨ ਨਹੀਂ ਕਰ ਸਕਦੇ, ਡੈਫੀਨੇਸ਼ਨ ਨਹੀਂ ਦੇ ਸਕਦੇ, ਜਿਵੇਂ ਯੂਟਿਊਬ ਪਲੇਟਫਾਰਮ ਹੈ, ਅਸੀਂ ਪਹਿਲਾਂ ਯੂਟਿਊਬ ਚੈਨਲ 'ਤੇ ਮੇਰਾ 1.5 ਸਾਲ ਪਹਿਲਾਂ ਵੀ ਬਣਿਆ ਹੋਇਆ ਸੀ ਚੈਨਲ, ਮੈਂ ਵੀਡੀਓਸ 'ਚ ਵੀ ਪਾਉਂਦਾ ਸੀਗਾ, ਪਰ ਟਿਕਟੋਕ ਕਰਕੇ ਮੈਂ ਰੁਕ ਗਿਆ ਸੀਗਾ, ਹੁਣ ਉਸ 'ਚ ਪਲੇਟਫਾਰਮ 'ਚ ਅਸੀਂ ਰੈਗੂਲਰ ਵੀਡੀਓ ਉਸ 'ਚ ਵੀ ਪਾਵਾਂਗੇ, ਵੀਕਐਂਡ 'ਚ 2 ਵੀਡੀਓ ਸਾਡੀ ਅਪਲੋਡ ਹੋਏਗੀ ਹੋਏਗੀ, ਪਰ ਉਸ 'ਚ ਚੰਗੀ ਤਰ੍ਹਾਂ ਅਸੀਂ ਡੈਫੀਨੇਸ਼ਨ ਦੇ ਸਕਾਂਗੇ, ਕਿਉਂਕਿ ਟਾਈਮ ਦੀ ਲਿਮਿਟ ਨਹੀਂ, ਟਾਈਮ ਦਾ ਕੋਈ ਇਸ਼ੂ ਨਹੀਂ ਹੈਗਾ। ਅਤੇ ਜਿਹੜੇ ਸਾਨੂੰ ਲੋਕ ਪਿਆਰ ਕਰਦੇ ਆ, ਅਤੇ ਉਹਨਾਂ ਨੂੰ ਮੈਂ ਇੱਕ ਰਿਕੁਐਸਟ ਕਰੂੰਗਾ, ਜਿਵੇਂ ਤੁਸੀਂ ਮਤਲਬ ਕਿ ਲੋਕ ਸਾਨੂੰ ਯੂਥ ਜਿਵੇਂ ਪਿਆਰ ਕਰਦੀ ਸਾਡੀ ਸਟੋਰੀ ਨੂੰ, ਸਮਝਦੀ ਸਾਡੀ ਗੱਲਾਂ ਨੂੰ, ਟਿਕਟੋਕ ਦੇ 1 ਮਿੰਟ ਦੀ ਵੀਡੀਓ ਪੈਂਦੀ ਤਾਂ ਉਸ ਚੀਜ਼ ਨੂੰ ਸਮਝ ਮਤਲਬ ਕਿ ਪੂਰੀ ਅਸੀਂ ਮੈਸੇਜ ਨਹੀਂ ਦੇ ਸਕਦੇ ਸੀ, ਅਸੀਂ ਯੂਟਿਊਬ ਚੈਨਲ 'ਤੇ 3 ਮਿੰਟ ਦੀ ਵੀਡੀਓ ਪਾਇਆ ਕਰਾਂਗੇ, ਜਿਹਦੇ ਕਿ ਪੂਰਾ ਮੈਸੇਜ ਦੇਖਿਆ ਕਰਨਗੇ ਲੋਕ, ਅਤੇ ਸਾਨੂੰ ਯੂਟਿਊਬ ਚੈਨਲ 'ਤੇ ਦੇਖਣਗੇ। ਅਤੇ ਯੂਟਿਊਬ 'ਤੇ ਸਾਡੀ ਪਹਿਲੀ ਵੀਡੀਓ ਇਹੀ ਹੈ ਕਿ ਟਿਕਟੋਕ ਰਿਲੇਟਿਵ
ਅਤੇ ਫਿਲਹਾਲ ਤਾਂ ਜਿਵੇਂ ਕਨਸੈਪਟ ਅਸੀਂ ਟਿਕਟੋਕ 'ਤੇ ਪਾਇਆ ਬਹੁਤ ਬਹੁਤ ਵਧੀਆ ਮੈਸੇਜ ਦਿੱਤੇ ਲੋਕਾਂ ਨੂੰ, ਉੱਦਾਂ ਹੀ ਮੈਸੇਜ ਯੂਟਿਊਬ ਚੈਨਲ 'ਤੇ ਦੇਵਾਂਗੇ ਸਾਰਿਆਂ ਨੂੰ। ਫਿਲਹਾਲ ਤਾਂ ਰਿਕੁਐਸਟ ਹੈ ਕਿ ਸਾਨੂੰ ਯੂਟਿਊਬ ਚੈਨਲ 'ਤੇ ਦੇਖੋ ਅਤੇ ਵਧੀਆ ਵਧੀਆ ਮੈਸੇਜ ਜਿੱਦਾਂ ਦਿੰਦੇ ਸੀ ਪੰਜਾਬ 'ਚ ਉੱਦਾਂ ਹੀ ਮੈਸੇਜ ਆਪਾਂ ਦੇਵਾਂਗੇ। ਇਹ ਸਨ ਟਿਕਟੋਕਰ ਦੀਪਕ ਅਤੇ ਸਨੀ। ਤੁਹਾਨੂੰ ਸਾਡਾ ਸ਼ੋਅ ਕਿਵੇਂ ਦਾ ਲੱਗਿਆ ਕਮੈਂਟ ਲਾਈਕ ਸ਼ੇਅਰ ਕਰਕੇ ਜ਼ਰੂਰ ਦੱਸਣਾ। ਸਾਡਾ ਯੂਟਿਊਬ ਚੈਨਲ ਅਨਕ ਪੰਜਾਬ ਟੀਵੀ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਬੈਲ ਆਈਕਨ ਜ਼ਰੂਰ ਦਬਾਉਣਾ। ਸਤਿ ਸ਼੍ਰੀ ਅਕਾਲ।